ਇਹਦਾ ਟੈਗ ਨੰਬਰ ਕੀ ਆ? ਇਹਦੇ ਕੰਨ 'ਚ ਜਿਹੜਾ ਨੰਬਰ ਆ ਉਹ ਕੀ ਆ? ਇਹ ਟੋਕਨ 30 ਨੰਬਰ ਹੈ ਜੀ ਇਹ। ਅੱਛਾ, 30 ਨੰਬਰ। ਹਾਂਜੀ ਹਾਂ। ਇਹ ਕਿੰਨਵੇਂ ਸੂਏ ਦੇ? ਇਹ ਹੈਗੀ ਹੈ ਜੀ 30 ਸੂਏ। ਅੱਛਾ, 30 ਸੂਏ। ਹਾਂਜੀ ਹਾਂ। ਇਹਨੂੰ ਕੋਈ ਟੀਕਾ ਵਗੈਰਾ ਨਹੀਂ ਲੱਗਿਆ? ਨਹੀਂ। ਅੱਛਾ, ਅਸੀਂ ਫਿਰ ਹੁਣ ਅੱਜ ਅਸੀਂ ਇਹਦਾ ਦੁੱਧ ਜਿਹੜਾ ਇਹ ਲੈ ਕੇ ਜਾਵਾਂਗੇ। ਠੀਕ ਹੈ। ਸੈਂਪਲ ਹੈ? ਠੀਕ ਹੈ। ਅਤੇ ਇਹ ਦੁੱਧ ਨੂੰ ਅਸੀਂ ਉਹ ਜਿਹੜੀ ਟੈਕਨੋਲੋਜੀ ਡਿਵੈਲਪ ਕੀਤੀ ਹੈ, ਠੀਕ ਹੈ, ਉਹਦੇ ਨਾਲ ਅਸੀਂ ਇਹਨੂੰ ਪੈਸਚਰਾਈਜ਼ ਕਰਾਂਗੇ। ਠੀਕ ਹੈ। ਅਤੇ ਤੁਸੀਂ 15 ਦਿਨਾਂ ਬਾਅਦ ਵੀ ਮੇਰੇ ਕੋਲ ਆ ਕੇ ਉਹਦੀ ਚਾਹ ਬਣਾ ਕੇ ਪੀ ਸਕਦੇ। ਠੀਕ ਹੈ। ਅਤੇ ਫਿਰ ਅਸੀਂ ਇਹ ਦੁੱਧ ਦੇ ਵਿੱਚੋਂ ਕੁਛ ਦੁੱਧ ਨੂੰ ਸਟਰਲਾਈਜ਼ ਕਰਾਂਗੇ। ਠੀਕ ਹੈ। ਉਹ 200 ml ਦੀ ਬੋਤਲ ਦੇ ਵਿੱਚ ਪਾ ਕੇ ਦੇਵਾਂਗੇ। ਠੀਕ ਹੈ। ਉਹ ਬੋਤਲ ਜਿਹੜੀ ਆ ਤੁਸੀਂ ਆਪਣੇ ਕੋਲ ਰੱਖ ਲਿਓ ਅਤੇ 1 ਸਾਲ ਬਾਅਦ ਮੇਰੇ ਕੋਲ ਲੈ ਆਇਓ। ਠੀਕ ਹੈ। ਉਹਨੂੰ ਫਰਿੱਜ 'ਚ ਵੀ ਰੱਖਣ ਦੀ ਲੋੜ ਨਹੀਂ, ਬਾਹਰ ਹੀ ਰੱਖ ਲਿਓ। ਠੀਕ ਹੈ। 1 ਸਾਲ ਬਾਅਦ ਉਹਦੀ ਚਾਹ ਬਣਾ ਕੇ ਪਵਾ ਦਾਂਗੇ। ਠੀਕ ਹੈ ਜੀ। ਤੁਸੀਂ ਮੰਨ ਸਕਦੇ? ਨਾ ਜੀ, ਨਹੀਂ ਨਹੀਂ ਨਾ ਜੀ। ਚਲੋ ਫਿਰ ਮੈਂ ਤੁਹਾਨੂੰ ਜੈਨਤੀਪੁਰਾ ਦੇ ਵਿੱਚ ਮੈਨੂੰ ਜਿਹੜਾ ਬੰਦਾ ਦੁੱਧ ਦੇ ਕੇ ਜਾਂਦਾ, ਹਾਂਜੀ ਹਾਂਜੀ, ਉਹਦੇ ਕੋਲ ਮੈਂ ਉਹਦੇ ਕੋਲ ਮੱਝ ਦਾ ਦੁੱਧ ਲੈਂਦਾ। ਅੱਛਾ ਜੀ। ਅਤੇ ਉਹਦੇ ਮੱਝ ਦੇ ਦੁੱਧ ਦਾ ਮੈਂ ਬੋਤਲ 'ਚ ਪਾ ਕੇ ਉਹਨੂੰ ਦਿੱਤਾ ਵੀ ਤੂੰ 1 ਸਾਲ ਆਪਣੇ ਘਰ ਰੱਖ ਲਾ। ਅੱਛਾ ਜੀ। ਅਤੇ 1 ਸਾਲ ਬਾਅਦ ਉਹ ਮੇਰੇ ਕੋਲ ਲੈ ਕੇ ਆਇਆ ਅਤੇ ਉਹਦੀ ਚਾਹ ਬਣਾ ਕੇ ਪਿਲਾਈ ਉਹਨੂੰ। ਅੱਛਾ ਜੀ। ਮਨ ਦਾ ਉਹ ਵੀ ਨਹੀਂ ਸੀਗਾ। ਫਿਰ ਕੱਚਾ ਮਟੀਰੀਅਲ ਹੈ ਨਾ ਜੀ, ਵੀ ਇੰਨਾ ਟਾਈਮ ਕੱਢਦਾ ਨਹੀਂ ਦੁੱਧ। ਨਹੀਂ, ਅਗਰ ਦੁੱਧ ਪਿਓਰ ਆ। ਹਾਂਜੀ ਹਾਂਜੀ ਹਾਂਜੀ। ਔਰ ਜਿਹੜੀ ਅਸੀਂ ਮਸ਼ੀਨ ਬਣਾਈ ਉਸ ਮਸ਼ੀਨ ਦੇ ਵਿੱਚ ਅਸੀਂ ਉਹਨੂੰ ਸਟਰਲਾਈਜ਼ ਕਰਾਂਗੇ। ਅਤੇ ਉਹ ਵੀ ਨਹੀਂ ਸੀ ਮੰਨਦਾ, ਉਹ ਕਹਿੰਦਾ ਜੀ 10 ਵਜੇ ਦੁੱਧ ਫਟ ਜਾਂਦਾ। ਮੈਂ ਤੁਹਾਨੂੰ ਬੰਦੇ ਨਾਲ ਮਿਲਾ ਦੂੰਗਾ। ਠੀਕ ਹੈ। ਅਤੇ ਅਗਰ ਤੁਹਾਨੂੰ ਅਸੀਂ ਟੈਕਨੋਲੋਜੀ ਦਈਏ ਇਹਨਾਂ ਦੇ ਥਰੂ, ਅਤੇ ਤੁਹਾਡਾ ਦੁੱਧ ਜਿਹੜਾ ਹੈ ਉੱਥੇ ਰੱਖ ਲਈ ਸੈਂਪਲ ਭਰਨਾ, ਰੱਖ ਲਈ ਡਰਾਮਾ ਸੈਂਪਲ ਭਰਨਾ।